ਅੱਜ ਆਪਾਂ ਸਾਰੇ ਇਕੱਠੇ ਹੋਏ ਹਾਂ। ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਬਾਈ ਇਲੈਕਸ਼ਨ ਆ ਗਿਆ, ਅੱਜ ਆ ਕੱਲ ਆ ਪਰਸੋਂ ਐਲਾਨ ਹੋ ਜਾਣਾ। ਆ ਇੱਕ ਮੌਕਾ ਹੈ ਆ ਸੁੱਤੇ ਹੋਏ ਕੈਪਟਨ ਨੂੰ ਜਗਾਉਣ ਦਾ, ਆ ਮੌਕਾ ਹੈ ਇਹਨਾਂ ਨੂੰ ਹਿਲਾਉਣ ਦਾ। ਆ ਤਾਂ ਸੋਚੀ ਬੈਠੀ ਆ 2.5 ਸਾਲ ਹਲੇ ਪਏ ਹੈ, ਉਹਨਾਂ ਨੂੰ ਪਤਾ ਨਹੀਂ ਮਿੰਟਾਂ 'ਚ 2.5 ਸਾਲ ਟੱਪ ਵੀ ਗਏ ਹੈ। ਹੁਣ ਤਾਂ ਕੱਲੀਆਂ 2 ਗਰਮੀਆਂ ਰਹਿ ਗਈਆਂ ਤੇ 2 ਸਰਦੀਆਂ ਰਹਿ ਗਈਆਂ, ਸਰਕਾਰ ਤੁਹਾਡੀ ਬਣ ਜਾਣੀ ਹੈ। ਤੇ ਜੇ ਤੁਸੀਂ ਹੁਣ ਜਿਹੜਾ ਦਾਖਾ ਦਾ ਤੇ 4 ਬਾਈ ਇਲੈਕਸ਼ਨ ਆ ਰਹੇ, ਆਪਾਂ ਚਾਰੇ ਤੇ ਚਾਰੇ ਜਿੱਤ ਜਾਂਦੇ ਹਾਂ ਜੇ ਜਿੱਤਾਂਗੇ ਵੀ, ਤੁਸੀਂ ਦੇਖੋ ਕਿਵੇਂ ਹੋਸ਼ ਉੱਡਦੇ ਇਹਨਾਂ ਦੇ। ਸ਼ਾਇਦ ਥੋੜਾ ਮੋਟਾ ਕੰਮ ਕਰਨ ਵੀ ਲੱਗ ਜਾਣ, ਜਿਹੜੀਆਂ ਚੀਜ਼ਾਂ ਰੋਕੀਆਂ ਸ਼ਾਇਦ ਦੇਣ ਲੱਗ ਜਾਣ। ਜੇ ਇਹਨਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਫਿਰ ਤਾਂ ਇਹਨਾਂ ਨੇ ਕਿਸੇ ਨੂੰ ਕਿਛ ਸਮਝਣਾ ਹੀ ਨਹੀਂ, ਹਲੇ ਕਿਹੜਾ ਕਿਛ ਸਮਝਦਾ। ਆ ਮੌਕਾ ਮਨਪ੍ਰੀਤ ਆਲੀ ਜੀ ਬੜੇ ਨੇਕ ਇਨਸਾਨ ਹੈ, ਦਾਖੇ ਵਾਲਿਓ ਤੁਸੀਂ ਖੁਸ਼ਕਿਸਮਤ ਹੋ, ਤੁਹਾਨੂੰ ਇਹੋ ਜਿਹਾ ਵਧੀਆ ਨੁਮਾਇੰਦਾ ਮਨਪ੍ਰੀਤ ਆਲੀ ਜੀ ਸੇਵਾ ਕਰਨ ਵਾਸਤੇ ਤੁਹਾਨੂੰ ਮਿਲਿਆ। ਦੇਖੋ ਟਿਕਸਨ ਸੂਦ ਜੀ ਨੇ ਵੀ ਗੱਲ ਕੀਤੀ, ਸਾਰੇ ਪੰਜਾਬ ਦੇ ਲੋਕ ਜਦੋਂ ਆਪਣੀ ਸਰਕਾਰ ਸੀ ਗੱਲ ਕਰਦੇ ਸੀ ਜੀ, ਜਿਵੇਂ ਮਨਪ੍ਰੀਤ ਆਲੀ ਜੀ ਨੇ ਛੱਪੜਾਂ ਦਾ ਸਫਾਈ ਕੀਤੀ ਹੈ ਉਵੇਂ ਸਾਡੇ ਘਰ ਆ ਕੇ ਦਿਓ, ਜਿਵੇਂ ਮਨਪ੍ਰੀਤ ਆਲੀ ਨੇ ਆਪਣੇ ਹਲਕੇ 'ਚ ਪਾਰਕ ਬਣਾਏ ਹੈ ਉਵੇਂ ਸਾਡੇ ਬਣਾ ਕੇ ਦਿਓ, ਜਿਵੇਂ ਮਨਪ੍ਰੀਤ ਆਲੀ ਨੇ ਸਟੇਡੀਅਮ ਬਣਾਏ ਹੈ ਉਵੇਂ ਸਾਡੇ ਬਣਾ ਕੇ ਦੇਖੋ। ਮੈਂ ਬਹੁਤ MLA ਚੁਣੇ ਜਾਂਦੇ ਹੈ, ਬਹੁਤ ਮੰਤਰੀ ਬਣ ਜਾਂਦੇ ਹੈ, ਪਰ ਮੈਂ ਇੱਕ ਗੱਲ ਦੱਸਦਾ, ਮੇਰੀ ਜ਼ਿੰਦਗੀ ਵਿੱਚ ਜੇ ਕਿਸੇ MLA ਤੇ ਮੈਂ ਆਪ ਨਿੱਜੀ ਖੁਸ਼ ਹੋਇਆ, ਬਾਦਲ ਸਾਹਿਬ ਵੱਡੇ ਖੁਸ਼ ਹੋਏ ਹੈ ਜਿਨ੍ਹਾਂ ਨੇ ਅਸਲੀ ਮਿਹਨਤ ਕੀਤੀ ਹੈ ਲਗਾ ਕਰਕੇ, ਤੇ ਸਵੇਰੇ ਤੇ ਬਾਦਲ ਸਾਹਿਬ ਨਾਲ ਲੜ ਲੜ ਕੇ ਪੈਸੇ ਲਿੱਤੇ ਹੈ, ਉਹ ਮਨਪ੍ਰੀਤ ਆਲੀ ਸੀ। ਮੈਂ ਕਹਿਣਾ ਚਾਹੁੰਦਾ ਬੜਾ ਕਾਬਿਲ ਇਨਸਾਨ ਹੈ, ਕਈ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਸੀ ਕਿਵੇਂ ਹੋ ਸਕਦੀਆਂ, ਇਸ ਨੌਜਵਾਨ ਨੇ ਆਪਣੀ ਕਾਬਲੀਅਤ ਨਾਲ ਉਹ ਚੀਜ਼ਾਂ ਕਰਾਈਆਂ। ਇਸ ਕਰਕੇ ਦਾਖੇ ਵਾਲਿਓ ਆ ਬੜਾ ਵਧੀਆ ਮੌਕਾ, ਇਸ ਮੌਕਾ ਜੇ ਤੁਸੀਂ ਹਿਲਾ ਦੋਗੇ ਕਾਂਗਰਸ ਨੂੰ, ਮੈਂ ਤੁਹਾਨੂੰ ਸਹੀ ਦੱਸਾਂ, ਸਮਝ ਲਿਓ ਸਰਕਾਰ ਤੁਹਾਡੀ ਅਗਲੇ ਦਿਨ ਤੋਂ ਹੀ ਚੱਲ ਪਈ ਹੈ।